ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਸਤਨਾਮ ਸਿੰਘ ਕਾਹਲੋਂ। ਮੈਂ ਉਹਨਾਂ ਲੋਕਾਂ ਨੂੰ ਕਹਿਣਾ ਚਾਹੁੰਦਾ, ਖਾਸ ਕਰਕੇ ਮੋਦੀ, ਜਿਹੜਾ ਮੋਦੀ ਮੀਡੀਆ ਚਾਹੇ ਮੋਦੀ ਲੋਕ ਹੈ ਚਾਹੇ ਉਹਨਾਂ ਦੀ ਸੋਚ ਵਾਲੇ ਨੇ, ਉਹਨਾਂ ਨੂੰ ਕਹਿਣਾ ਚਾਹੁੰਦਾ ਜੇ 26 ਜਨਵਰੀ ਨੂੰ 400 ਮੁੰਡਾ ਸਾਡਾ ਜਿਹੜਾ ਹਜੇ ਤੱਕ ਲੱਭ ਨਹੀਂ ਰਿਹਾ, ਜਿਹੜਾ ਸਾਡਾ ਭੰਨਿਆ ਤੋੜਿਆ ਗਿਆ ਸਮਾਨ, ਟੈਂਟ ਜਿਹੜੇ ਖਰਾਬ ਕੀਤੇ ਗਏ ਨੇ, ਉਹ ਜਿਹੜਾ ਨੁਕਸਾਨ ਸਾਡਾ ਟਰੈਕਟਰਾਂ ਦਾ ਨੁਕਸਾਨ ਹੋਇਆ, ਉਹ ਕਿੰਨੇ ਭਰਨਾ ਵਾ। ਤੁਸੀਂ ਕਹਿੰਦੇ ਵੀ ਸਾਡੇ ਜਿਹੜੇ ਨੌਜਵਾਨ ਗਲਤ ਆ, ਅਸੀਂ ਉਹਨਾਂ ਸਰਕਾਰਾਂ ਨੂੰ ਗਲਤ ਠਹਿਰਾਉਣਾ ਚਾਹੁੰਦੇ ਹਾਂ। ਇੱਕ ਸ਼ਾਂਤਮਈ ਮਾਹੌਲ ਬਹੁਤ ਵਧੀਆ ਚੱਲ ਰਿਹਾ ਸੀ, ਇਹਨਾਂ ਮਾੜੇ ਲੋਕ ਵਿੱਚ ਵਾੜ ਕੇ ਮਾੜੇ ਲੋਕਾਂ ਦਾ ਇਹ ਸਾਰਾ ਕੀਤਾ ਕਰਾਇਆ ਵਾ, ਇਹਨਾਂ ਲੋਕਾਂ ਨੇ ਕੀਤਾ ਵਾ। ਅਸੀਂ ਇੱਥੋਂ ਵਾਲੇ ਕੈਪਟਨ ਨੂੰ ਕਹਿੰਦੇ ਹਾਂ, ਕੈਪਟਨ ਥੋੜ੍ਹਾ ਜਿਹਾ ਜਾਗ, ਹੁਲਾਰਾ ਦੇ, ਆਪਣੀ ਮੱਤ ਨੂੰ ਥੋੜ੍ਹਾ ਜਿਹਾ ਜਗਾ ਕੇ ਵੇਖ। ਤੂੰ ਸਿੱਖ ਹੋਣ ਦੇ ਨਾਤੇ ਤੂੰ ਆਪਣੇ ਆਪ ਨੂੰ ਕਹਿੰਦਾ ਮੈਂ ਕਾਲੇ ਹੋਣਾਂ ਦੀ ਲਾ ਦਿਆਂ, ਜਿਹੜੇ ਗੁਰੂ ਸਾਹਿਬ ਦੇ ਵਰਸਾਏ ਸੀ, ਗੁਰੂ ਸਾਹਿਬ ਵੱਲੋਂ ਜਿਹੜੇ ਉਹਨਾਂ ਨੇ ਹੁਕਮ ਹੋਇਆ ਸੀ ਉਹਨਾਂ ਦੇ ਰਾਜ ਦੇ ਮੁਤਾਬਕ ਤੂੰ ਆਪਣੇ ਆਪ ਨੂੰ ਜੋੜਦਾ ਵਾ। ਉਹ ਗੁਰੂ ਸਾਹਿਬ ਦੇ ਸਿੰਘਾਂ ਨੂੰ ਇੱਥੇ ਪੱਗਾਂ ਰੋਲੀਆਂ ਗਈਆਂ, ਉਹ ਸਾਡੀਆਂ ਧੀਆਂ ਭੈਣਾਂ ਦੀਆਂ ਇੱਟਾਂ ਰੋਲੀਆਂ ਗਈਆਂ, ਤੈਨੂੰ ਹੋਸ਼ ਕਦੋਂ ਆਉਣੀ ਆ, ਤੂੰ ਕਦੋਂ ਇਸ ਰਾਜ ਦੇ ਮਗਰ ਭੱਜਿਆ ਫਿਰਨਾ ਵਾ, ਇਹ ਰਾਜ ਨੂੰ ਛੱਡ, ਇਹ ਸਿੱਖਾਂ ਦੇ ਵਿੱਚ ਆਣ ਕੇ ਖਲੋ, ਤੂੰ ਉੱਥੇ ਦਿੱਲੀ ਦੇ ਵਾਲਿਆਂ ਦੇ ਆ ਕੇ ਤਾਲਾ ਖੜਕਾ ਵੀ ਘੱਟੋ ਘੱਟ ਮੋਦੀ ਨੂੰ ਹੋਸ਼ ਆਵੇ, ਜੇ ਅੱਜ ਨਾ ਜਾਗ ਸਕਿਆ ਤੂੰ ਕਦੀ ਵੀ ਨਹੀਂ ਜਾਗਣਾ। ਖਾਸ ਕਰਕੇ ਮੋਦੀ ਨੂੰ ਅਤੇ ਉਹਦੇ ਸ਼ਾਹ ਸ਼ੂਹ ਨਹੀਂ ਜਿੰਨੇ ਵੀ ਆ, ਉਹਨਾਂ ਨੂੰ ਕਹਿਣਾ ਚਾਹੁੰਦਾ ਵਾਂ ਵੀ ਥੋੜ੍ਹਾ ਜਿਹਾ ਹੋਸ਼ ਕਰ ਲਓ, ਜੇ ਨਾ ਹੋਸ਼ ਆਈ ਤਾਂ ਤੁਹਾਡਾ ਇਹੋ ਜਿਹਾ ਨਾ ਵਜੂਦ ਹੀ ਖਤਮ ਹੋ ਜਾਣਾ ਵਾ, ਤੁਹਾਡੀ ਭਾਜਪਾ ਨੇ ਖਤਮ ਹੋ ਜਾਣਾ ਵਾ। ਪਰ ਫਿਰ ਵੀ ਅਸੀਂ ਆਨੇ ਸਹਿ ਸਿੱਖ ਜਿਹੜੇ ਰਹਿ ਬੰਦੇੜੀ ਹੁੰਦੇ ਨੇ, ਇਹ ਅੱਜ ਨਹੀਂ ਪਹਿਲਾਂ ਵੀ ਰਾਜ ਕੀਤਾ ਸੀ ਦਿੱਲੀ 'ਤੇ, ਦਿੱਲੀ ਦੇ ਤਖ਼ਤ 'ਤੇ ਝੰਡਾ ਚੜਾਇਆ ਸੀ, ਝੰਡਾ ਚੜਾ ਕੇ ਦਿੱਲੀ ਦੀ ਜਦੋਂ ਫਿਰ ਵਾਸਤੇ ਪਾਏ ਫਿਰ ਵਾਪਸ ਕਰ ਦਿੱਤਾ ਸੀ, ਚਲੋ ਕੋਈ ਗੱਲ ਨਹੀਂ ਬਿੱਲੀ ਹੈ ਅਤੇ ਦਿੱਲੀ ਨਹੀਂ ਬਿੱਲੀ ਆ, ਫਿਰ ਸਿੰਘ ਮਾਰ ਲੈਣਗੇ। ਅਸੀਂ ਹੁਣ ਵੀ ਕਹਿਣਾ ਚਾਹੁੰਦੇ ਹਾਂ ਇਹ ਕੋਈ ਸਾਡੇ ਕਾਲੀ ਵੱਡੀ ਗੱਲ ਨਹੀਂ ਗੀ, ਅਸੀਂ ਸ਼ਾਂਤਮਈ, ਸਾਡੇ ਜਿਹੜੇ ਵੀਰ ਆ ਉਹ ਸ਼ਾਂਤਮਈ ਚਲਾ ਰਹੇ ਨੇ, ਸਾਡੇ ਨੁਮਾਇੰਦੇ ਬੜੇ ਸਿਆਣੇ ਨੇ, ਸੁਲਝੇ ਹੋਏ ਆ, ਇਹਨਾਂ ਨੂੰ ਤਾਂ ਖੁਦ ਇਹ ਕਰਨ ਲੱਗਿਆ ਕਾਲੇ ਕਾਨੂੰਨ ਪਾਸ ਕਰਨ ਲੱਗਿਆ, ਇਹਨਾਂ ਲੋਕਾਂ ਨੂੰ ਹੋਸ਼ ਹੀ ਨਹੀਂ ਸੀ, ਇਹਨਾਂ ਨੇ ਅਨਪੜ੍ਹਤਾ ਨੂੰ ਪਤਾ ਹੀ ਨਹੀਂ ਵੀ ਇਹ ਕਿੱਧਰ ਨੂੰ ਜਾਣਾ ਵਾ। ਜਦੋਂ ਸਾਡੇ ਸਿੱਖ ਸਿਆਣੇ ਚਾਹੇ ਜ਼ਿਮੀਂਦਾਰ ਜਿਹੜੇ ਨੇ ਹਲ ਵਾਹੁਣ ਵਾਲੇ ਸੀ, ਉਹਨਾਂ ਨੇ ਆਪਣੀ ਹੋਸ਼ ਨਾਲ ਵੇਖਿਆ ਵੀ ਇਹ ਕੀ ਆ, ਜਦੋਂ ਉਹਨਾਂ ਨੇ ਆਖਿਆ ਵੀ ਇਹ ਤਾਂ ਸਾਡੀ ਹੱਤਿਆ ਵਾਸਤੇ ਤਿਆਰ ਕੀਤੇ ਗਏ ਨੇ, ਉਦੋਂ ਜਦੋਂ ਇਹਨਾਂ ਨੇ ਇਹਨਾਂ ਨੂੰ ਦੱਸਿਆ ਵੀ ਇਹ ਕਾਲੇ ਕਾਨੂੰਨਾਂ ਦੇ ਵਿੱਚ ਆਹ ਵਾ, ਇਹਨਾਂ ਲੋਕਾਂ ਦੀਆਂ ਅੱਖਾਂ ਖੁੱਲੀਆਂ ਵੀ ਉਹ ਇਹ ਕੀ ਹੋ ਗਿਆ, ਕਿਉਂਕਿ ਅਸੀਂ ਤਾਂ ਪੈਸੇ ਲਾ ਕੇ ਵਾਪਸ ਕਰਤੇ ਪਾਸ ਕਰਤੇ ਨੇ, ਪਰ ਹੁਣ ਇਹਨਾਂ ਨੇ ਪੈਸੇ ਤਾਂ ਲਏ ਹੀ ਆ, ਇਹ ਇਸੇ ਕਰਕੇ ਵਾਪਸ ਨਹੀਂ ਕਰ ਰਹੇ। ਅਸੀਂ ਖਾਸ ਕਰਕੇ ਆਪਣੇ ਜਿਹੜਾ ਯੂਥ ਸਾਡਾ ਗੁੰਮ ਹੋਇਆ ਉਹਦੇ ਵਾਸਤੇ ਅਸੀਂ ਕਹਿਣਾ ਚਾਹੁੰਦੇ ਹਾਂ ਵੀ ਸਾਡਾ ਜੇ ਨਾ ਲੱਭਾ ਤਾਂ ਇੱਕ ਹੋਰ ਨਵਾਂ ਫਿਰ ਤਿਆਰ ਹੋਏਗਾ, ਫਿਰ ਨਾ ਤੁਸੀਂ ਕਹਿਣਾ ਵੀ ਦਿੱਲੀ ਦੇ ਵਿੱਚ ਉਹ ਕੰਮ ਹੋਇਆ ਜਿਹੜਾ 84 ਦੇ ਟਾਈਮ ਦੇ ਵਾਪਰੇ ਸਨ, ਉਹ ਕੰਮ ਫਿਰ ਦਾ ਵਾਪਰ ਸਕਦੇ ਨੇ। ਜੇ ਅੱਜ ਤੁਸੀਂ ਨਾ ਜਾਗ ਸਕੇ, ਤੁਸੀਂ ਨਾ ਇੱਕ ਆਪਣੀ ਹੋਸ਼ ਤੋਂ ਕੰਮ ਲਿਆ ਤਾਂ ਪੰਜਾਬ ਦੇ ਵਿੱਚ ਵੀ ਨੁਕਸਾਨ ਹੋ ਸਕਦਾ, ਇਹ ਮਤ ਸੋਚਣ ਜਿਹੜੇ ਉੱਥੇ 4-5 ਕੁਛ ਬੰਦੇ ਨੇ, 200 ਜਾਂ 200-300 ਬੰਦਾ ਇਕੱਠਾ ਹੋ ਕੇ ਭਾਜਪਾ ਦਾ, ਜਾਂ ਕੁੱਤੇ ਬੰਦੇ ਇਕੱਠੇ ਹੋ ਗਏ, ਗੁੰਡੇ ਬੰਦੇ ਇਕੱਠੇ ਹੋ ਗਏ, ਉੱਥੇ ਰੌਲਾ ਪਾਉਣ ਡਏ ਨੇ। ਅਸੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਤੁਹਾਡੇ ਪੰਜਾਬ ਦੇ ਵਿੱਚ ਲੋਕ ਵੱਸ ਰਹੇ ਨੇ, ਯੂਪੀ 'ਚ ਵੱਸ ਰਹੇ ਨੇ, ਬਿਹਾਰ 'ਚ ਵੱਸ ਰਹੇ ਨੇ, ਜੇ ਉੱਥੇ ਕਿਸੇ ਬੰਨੇ ਹੋ ਗਿਆ ਖਰਾਬ ਕੰਮ ਉਹਦਾ ਜ਼ਿੰਮੇਵਾਰ ਤੁਸੀਂ ਲੋਕ ਹੋਗੇ। ਸਾਡਾ ਕਿੰਨਾ ਜੇ ਦਬਾਇਆ ਦੱਬਿਆ ਜਾਣਾ ਸਾਡਾ ਯੂਥ ਜਿਹੜਾ ਸਾਡੀ ਆਗਿਆ 'ਚ ਆ, ਪਰ ਸਾਡੇ ਜਿਹੜੇ ਮੁੰਡੇ ਫੜੇ ਨੇ ਜਾਂ ਜਿਹੜੇ ਸਾਡੇ ਨੁਕਸਾਨ ਹੋਇਆ ਉਹਦਾ ਮੋਦੀ ਜ਼ਿੰਮੇਵਾਰ ਆ। ਮੋਦੀ ਆਡਾ ਉਹ ਜਿਹੜਾ ਹਰਜ਼ਾਨਾ ਵੀ ਭਰੇ ਅਤੇ ਕਾਲੇ ਕਾਨੂੰਨ ਵੀ ਵਾਪਸ ਲਏ, ਜੇ ਨਾ ਲਿਆ ਤਾਂ ਅਸੀਂ ਸਾਰੀਆਂ ਜਥੇਬੰਦੀਆਂ ਹਮ ਖਿਆਲੀ ਜਥੇਬੰਦੀਆਂ ਲੈ ਕੇ ਅਤੇ ਇਹੋ ਜਿਹਾ ਕੰਮ ਕਰਾਂਗੇ ਜਿਹੜਾ ਇਹਨੂੰ ਇੱਕ ਵਾਰੀ ਚੇਤਾ ਆਜੂਗਾ, ਇਹਨੂੰ ਆਪਣੀ ਮਾਂ ਦਾ ਦੁੱਧ ਚੇਤੇ ਆਜੂਗਾ ਵੀ ਵਾਕਿਆ ਮੈਂ ਮਾਂ ਦਾ ਦੁੱਧ ਪੀਤਾ ਕਿਹਦਾ ਪੀਤਾ ਸੀ। ਅਸੀਂ ਫਿਰ ਦੁਬਾਰਾ ਕਹਿਣਾ ਚਾਹੁੰਦੇ ਹਾਂ ਉਸ ਤੋਂ ਕੰਮ ਲੈ ਅਤੇ ਇਹਨਾਂ ਵੀਰਾਂ ਨੂੰ ਰਿਹਾਅ ਕਰ ਦੇ ਅਤੇ ਜਿਹੜੇ ਕਾਲੇ ਕਾਨੂੰਨ ਲਏ ਉਹਨਾਂ ਨੂੰ ਵਾਪਸ ਕਰ ਲਾ। ਇਹਨਾਂ ਕਹਿੰਦਾ ਹੋਇਆ ਖਿਮਾ ਦਾ ਜਾ ਚੁੱਕਿਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।